ਆਮ ਤੌਰ ਤੇ ਅਸੀਂ ਸੱਚ ਬੋਲਦੇ ਹਾਂ। ਅੱਜ ਤੋਂ 2-3 ਮਹੀਨੇ ਪਹਿਲਾਂ ਵੀ ਇੱਥੇ ਫੰਕਸ਼ਨ ਕੀਤਾ ਸੀ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਅੱਜ ਇਹ ਪ੍ਰੋਗਰਾਮ ਵੋਟਾਂ ਲੈਣ ਵਾਸਤੇ ਨਹੀਂ ਆਏ, ਪਰ ਅੱਜ ਮੈਂ ਤੁਹਾਨੂੰ ਇੱਕ ਪਹਿਲਾਂ ਹੀ ਕਹਿ ਦਿੰਦਾ, ਅਸੀਂ ਵੋਟਾਂ ਲੈਣ ਵਾਸਤੇ ਆਏ। ਸੱਚ ਬੋਲਦੇ ਹਾਂ ਅਸੀਂ, ਕਿਉਂਕਿ ਉਸ ਵੇਲੇ ਨਹੀਂ ਆਏ ਸੀ, ਉਸ ਵੇਲੇ ਕੋਈ ਪਤਾ ਨਹੀਂ ਸੀ ਕੀ ਹੋਊਗਾ ਕਿਵੇਂ ਹੋਊਗਾ। ਹੁਣ ਜਦੋਂ ਦੇਸ਼ ਇਲੈਕਸ਼ਨ ਮੋਡ 'ਚ ਜਾ ਰਿਹਾ ਤਾਂ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਂ 'ਤੇ, ਪ੍ਰਧਾਨ ਵੀ ਹਾਂ ਪੰਜਾਬ ਦਾ ਮੈਂ, ਅਤੇ ਮੇਰੇ ਨੈਸ਼ਨਲ ਪ੍ਰਧਾਨ ਦੇ ਮੌਜੂਦਗੀ 'ਚ, ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੋਟਾਂ ਕਾਹਦੇ ਵਾਸਤੇ ਲੈਣਾ ਆ। ਵੋਟਾਂ ਅਸੀਂ ਆਪਣੀਆਂ ਕੁਰਸੀਆਂ ਵਾਸਤੇ ਲੈਣੇ ਆ, ਅਸੀਂ ਕੋਈ ਉਹ ਵੋਟਾਂ ਆਪਣੇ ਪੁੱਤ ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਬਾਉਣ ਵਾਸਤੇ ਵੋਟਾਂ ਮੰਗਣੀਆਂ, ਅਸੀਂ ਕੋਈ ਟਰਾਂਸਪੋਰਟਾਂ 'ਚ ਹਿੱਸਾ ਪਾਉਣ ਨੂੰ ਵੋਟਾਂ ਮੰਗਣੀਆਂ ਹੈ, ਅਸੀਂ ਕੋਈ ਬ੍ਰੈਡ ਦੀ ਕੰਪਨੀ ਨਾਲ 1 ਰੁਪਿਆ ਸਾਂਝਾ ਕਰਨ ਨਹੀਂ ਆਏ ਵੀ ਵੋਟਾਂ ਦਿੰਦੇ ਦਿਓ, ਅਸੀਂ ਕੋਈ ਹਵੇਲੀਆਂ ਨਹੀਂ ਦੱਬਣ ਵਾਸਤੇ ਵੋਟਾਂ ਮੰਗਣਾ ਹੈ, ਅਸੀਂ ਕੋਈ ਸਿਸਮਾ ਮਹਿਲ ਬਣਾਉਣ ਵਾਸਤੇ ਵੋਟਾਂ ਮੰਗਣੀਆਂ ਹੈ, ਅਸੀਂ ਵੋਟਾਂ ਤੁਹਾਡੇ ਬੱਚਿਆਂ ਵਾਸਤੇ ਮੰਗਣਾ ਆ। ਇੱਕ ਵਾਰੀ ਨੈਸ਼ਨਲ ਲੈਵਲ ਦੀ ਸ਼ਕਤੀ ਸਾਡੇ ਹੱਥ 'ਚ ਦੇ ਦੋਗੇ, ਤੁਹਾਡੇ ਬੱਚਿਆਂ ਦੇ ਹੱਥ ਹੋਰ ਮਜ਼ਬੂਤ ਕਰ ਦਾਂਗੇ, ਤੁਹਾਡਾ ਫਿਊਚਰ ਹੋਰ ਅਸੀਂ ਮਹਿਫੂਜ਼ ਕਰ ਦਾਂਗੇ, ਸੁਰੱਖਿਅਤ ਕਰ ਦਾਂਗੇ। ਕਿਉਂਕਿ ਜਿਸ ਤਰੀਕੇ ਦੀ ਸਰਕਾਰਾਂ ਚੱਲ ਰਹੀਆਂ ਨੇ, ਕੰਮ ਨਹੀਂ ਕਰਨ ਦਿੰਦੇ, ਖਾਸ ਤੌਰ 'ਤੇ ਨੋਨ BJP ਗੌਰਮੈਂਟ 'ਚ ਜਿਹੜੀ ਸਟੇਟਸ ਨੇ, ਤਮਿਲਨਾਡੂ ਹੋ ਗਿਆ, ਕੇਰਲਾ ਹੋ ਗਿਆ, ਝਾਰਖੰਡ ਹੋ ਗਿਆ, ਬੰਗਾਲ ਹੋ ਗਿਆ, ਦਿੱਲੀ ਅਤੇ ਪੰਜਾਬ। ਮੈਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਫੈਡਰਲ ਗੌਰਮੈਂਟ ਜਿਹੜੀ ਹੈ, ਪ੍ਰਧਾਨ ਮੰਤਰੀ ਸਭ ਦਾ ਸਾਂਝਾ ਹੁੰਦਾ, ਪ੍ਰਧਾਨ ਮੰਤਰੀ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ, ਇੱਕ ਖਿੱਤੇ ਦਾ ਨਹੀਂ ਹੁੰਦਾ, ਸਾਰੇ ਦੇਸ਼ ਦਾ ਹੁੰਦਾ। ਪਤਾ ਨਹੀਂ ਉਹਨੇ 4-5 ਸਟੇਟਾਂ 'ਤੇ ਲਾਲ ਲਕੀਰ ਕਿਉਂ ਮਾਰ ਰੱਖੀ ਹੈ ਕਿ ਇਹਨਾਂ ਨੂੰ ਕੁਛ ਨਹੀਂ ਕਰਨ ਦੇਣਾ, ਕਿ ਇੱਥੇ ਲੋਕ ਨਹੀਂ ਰਹਿੰਦੇ, ਕਿ ਇੱਥੋਂ ਦੇ ਲੋਕ ਦੇਸ਼ ਦੇ ਰਖਵਾਲੇ ਨਹੀਂ ਹੈਗੇ, ਕਿ ਇੱਥੋਂ ਦੇ ਲੋਕ ਦੇਸ਼ ਭਗਤ ਨਹੀਂ ਹੈਗੇ, ਕਿ ਇੱਥੋਂ ਦੇ ਲੋਕ ਟੈਕਸ ਨਹੀਂ ਦਿੰਦੇ, ਲਕੀਰ ਮਾਰ ਰੱਖੀ ਹੈ ਬਸ, ਗਲਤ ਗੱਲ ਹੈ। ਇਸ ਤਰ੍ਹਾਂ ਦਾ ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ। ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ, ਉਹ ਤਾਂ ਲੁੱਟਣੇ ਆਏ ਸੀ, ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟੀ ਜਾਂਦੇ, ਸਾਡਾ ਹੀ ਪੈਸਾ ਰੋਕੀ ਬੈਠੇ। 8,000 ਕਰੋੜ ਰੁਪਇਆ ਸੈਂਟਰ ਗੌਰਮੈਂਟ ਰੋਕੀ ਬੈਠੀ ਹੈ ਪੰਜਾਬ ਦਾ, ਜੋ 8,000 ਕਰੋੜ ਰੁਪਇਆ ਮੇਰੇ ਕੋਲ ਕੱਲ੍ਹ ਨੂੰ ਆ ਜਾਏ, ਕਿੰਨੇ ਜ਼ਿਆਦਾ ਹਸਪਤਾਲ ਬਣਾ ਦੂੰਗਾ ਮੈਂ, ਕਿੰਨੀਆਂ ਜ਼ਿਆਦਾ ਦਵਾਈਆਂ ਫ੍ਰੀ ਕਰ ਦੂੰਗਾ, ਕਿੰਨੇ ਜ਼ਿਆਦਾ ਸਕੂਲ ਆਫ ਐਮੀਨੈਂਸ ਬਣ ਜਾਣਗੇ, ਕਿੰਨੇ ਫੋਕਲ ਪੁਆਇੰਟ ਬਣਨਗੇ, ਕਿੰਨੇ SGZ ਬਣਾ ਦੂੰਗਾ, ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ 'ਤੇ ਹੋਰ ਲਾ ਦੂੰਗਾ ਜੇ ਦੇ ਦੇਣ। ਪਰ ਇਸ ਗੱਲ ਦੀ ਸਜ਼ਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਹੋ, ਇਹਦਾ ਇੱਕੋ ਹੀ ਤਰੀਕਾ। ਮੈਂ ਬਥੇਰਾ ਗਿਆ ਨੀਤੀ ਆਯੋਗ ਵਗੈਰਾ 'ਚ ਕਿ ਮੇਰੇ ਪੈਸੇ, ਉਹ ਮੈਨੂੰ ਇੱਕ ਨੀਤੀ ਆਯੋਗ ਦਾ ਅਫਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਣੇ, ਮੱਝ ਮੂਹਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਮੈਂ ਕਿਹਾ ਫਿਰ ਕਿੱਥੋਂ ਮਿਲਣੇ ਯਾਰ? ਕਹਿੰਦਾ ਪੰਜਾਬ ਦੇ ਲੋਕਾਂ ਕੋਲ ਜਾਓ। ਮੈਂ ਕਿਹਾ ਲੋਕਾਂ ਕੋਲ ਤਾਂ ਆਇਆ, ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਕੰਮ, 117 'ਚੋਂ 92 ਦਿੱਤੀਆਂ। ਕਹਿੰਦਾ ਨਾ, ਇੱਕ ਝੱਟ ਹੋਰ ਮਾਰ ਲਓ। ਮੈਂ ਕਿਵੇਂ? ਕਹਿੰਦਾ 13 ਦੀਆਂ 13 ਲੈ ਆਓ, 10 ਤੁਹਾਡੇ ਰਾਜਸਭਾ 'ਚ ਪਹਿਲੇ ਹੀ ਨੇ, 5-7 ਐਤਕੀ ਦਿੱਲੀ ਤੋਂ ਆਉਣਗੇ, ਕੁਰਕਸ਼ੇਤਰਾ ਵੀ ਆਪਣੇ ਕੋਲ ਆ ਗਈ, 2 ਗੁਜਰਾਤ 'ਚ ਆਉਣਗੇ, ਤੁਹਾਡਾ ਟੱਪ ਜਾਣਾ ਅੰਕੜਾ 25-30। ਲੈ ਕਹਿੰਦਾ 1 ਰੁਪਈਆ ਰੋਕ ਕੇ ਦਿਖਾ ਦੇਣਗੇ। ਬਹੁਤ ਵੱਡੀ ਗੱਲ ਹੈ ਜੀ, ਜਦੋਂ ਸੈਂਟਰ ਗੌਰਮੈਂਟ ਨੂੰ 25-30 ਇਹੋ ਜਿਹੇ ਟੱਕਰ ਜਾਣ ਜਿਹੜੇ ਵੋਕਲ ਨੇ, ਜਿਹੜੇ ਹੱਕ ਮੰਗਣਾ ਜਾਣਦੇ ਨੇ, ਪੰਜਾਬੀ ਦਾ ਹੱਕ ਮੰਗਣਾ ਜਾਣਦੇ ਹਾਂ ਆਪਾਂ, ਤਾਂ ਜੇ ਨਹੀਂ ਮੰਗਿਆ ਤਾਂ ਨਹੀਂ ਮਿਲਦੇ, ਖੋਣਾ ਵੀ ਜਾਣਦੇ ਆਪਾਂ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ। ਆਹ ਦੇਖ ਲਓ, ਨਾਲ ਦਾ ਸੂਬਾ ਆਪਣਾ ਹਿਮਾਚਲ, ਤੋੜਨ ਲੱਗੇ ਬਸ ਉੱਥੇ, ਇਹ ਤੋਂ ਪਹਿਲਾਂ ਉੱਥੇ ਮੱਧ ਪ੍ਰਦੇਸ਼ ਤੋੜੀ, ਉਹ ਤੋਂ ਪਹਿਲਾਂ ਕਰਨਾਟਕਾ 'ਚ ਤੋੜੀ, ਉਹ ਮਹਾਰਾਸ਼ਟਰ ਦੀਆਂ 2 ਪਾਰਟੀਆਂ ਖਤਮ ਕਰਤੀਆਂ, ਨਾਲੇ ਨਾਮ ਨਾਲੇ ਨਿਸ਼ਾਨ। ਆਪਾਂ ਸੁਣਿਆ ਸੀ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ, ਉਹ ਦੇਖੋ ਤੁਸੀਂ ਸ਼ਿਵ ਸੈਨਾ ਦਾ, ਨਾਲੇ ਨਾਮੋ ਨਾਲੇ ਨਿਸ਼ਾਨ ਖਤਮ ਕਰਤੇ।
ਇਹ ਤਾਂ 92 ਕਰਕੇ ਆਪਣੇ ਤੋਂ ਡਰਦੇ ਨੇ ਵੀ 92 ਨੇ ਪੰਜਾਬੀ ਨੇ ਇਹ ਉਲਟਾ ਪੈਣਗੇ, ਇਸ ਕਰਕੇ ਕੰਮ ਹੋਈ ਜਾਂਦਾ। ਜੇ ਹੁਣ ਤੁਸੀਂ 13 ਮੈਨੂੰ ਹੋਰ ਫੜਾ ਦੋਗੇ ਹੱਥ 'ਚ, ਫਿਰ ਤਾਂ ਆਪਣੇ ਦੋਨੇ ਹੱਥਾਂ 'ਚ ਲੱਡੂ ਹੋ ਜਾਣਗੇ, ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ 'ਚ ਲੱਡੂ ਹੋ ਜਾਣਗੇ। 13 ਉਹ ਹੋ ਗਏ, 14 ਮੈਂ ਹੋ ਗਿਆ, 14 ਹੱਥਾਂ 'ਚ ਲੱਡੂ ਵੱਟ ਵੱਟ ਕੇ ਆਪਾਂ ਥਾਲ ਭਰ ਦਿਆਂਗੇ। ਅਤੇ ਲੱਡੂ ਕਾਹਦੇ ਨੇ? ਤਰੱਕੀ ਦੇ ਲੱਡੂ। ਕਾਹਦੇ ਨੇ? ਸਰਕਾਰੀ ਨੌਕਰੀਆਂ ਦੇ ਲੱਡੂ। ਕਾਹਦੇ ਨੇ? ਇਨਵੈਸਟਮੈਂਟ ਦੇ ਪੰਜਾਬ 'ਚ। ਆਪ ਜਾ ਰਿਹਾ ਇਕੱਲੇ ਇਕੱਲੇ ਕੋਲੇ, ਅਹੁਜਾ ਸਾਹਿਬ ਬੈਠਿਆ ਇਕੱਲਿਆਂ ਕੋਲਿਆਂ ਕੋਲੇ ਕੋਲ, ਮੈਂ ਆਪ ਜਾਣਾ ਜਰਮਨੀ ਤੋਂ ਲੈ ਕੇ ਇੱਥੇ ਤੱਕ ਕਿ ਆਓ ਯਾਰ, ਆਓ ਪੰਜਾਬ 'ਚ, ਆਓ ਯਾਰ ਮੇਰੇ ਪੰਜਾਬ 'ਚ ਆ ਜਾਓ। ਕੋਈ ਐਂ ਜਾਂਦਾ ਪਹਿਲਾਂ ਮੁੱਖ ਮੰਤਰੀ? ਪਹਿਲਾਂ ਉਹ ਤਾਂ ਮੁੱਖ ਮੰਤਰੀਆਂ ਕੋਲੇ ਆਉਂਦੇ ਹੁੰਦੇ ਸੀ, ਪੈਸੇ ਮੰਗਦੇ ਸੀ, ਉਹ ਚਲੇ ਜਾਂਦੇ ਸੀ ਵਾਪਸ। ਅਸੀਂ ਤੁਹਾਡੇ ਕੋਲ ਆਪ ਆਉਂਦੇ ਹਾਂ। ਆਹ ਜਿਹੜੀ ਅੱਜ ਵਾਲਾ ਫੰਕਸ਼ਨ ਹੈ, ਇਹ ਕਿਹੜਾ ਤੁਸੀਂ ਮੰਗਿਆ ਸੀ ਵੀ ਸਾਡੀਆਂ ਸਮੱਸਿਆਵਾਂ ਬਹੁਤ ਨੇ, ਸਾਡੇ ਨਾਲ ਰੂਬਰੂ ਕਰਾਓ ਮੁੱਖ ਮੰਤਰੀ ਨੂੰ, ਦੂਜੀ ਤੀਜੀ ਵਾਰ ਅਸੀਂ ਤੁਹਾਨੂੰ ਬੁਲਾਇਆ। ਔਰ ਜ਼ਿਆਦਾਤਰ ਬੰਦੇ ਕਹਿ ਰਹੇ ਜੀ ਮੰਗ ਹੀ ਕੋਈ ਹੈ ਨਹੀਂ, ਸਾਰਿਆਂ ਤਾਂ ਪੂਰੀਆਂ ਕਰਤੀਆਂ, ਹੁਣ ਕੀ ਕਰੀਏ ਜੀ ਫਿਰ। ਇਹੀ ਚਾਹੁੰਦਾ ਸੀ ਮੈਂ ਪੰਜਾਬ ਕਿ ਸਰਕਾਰ ਇੰਨੀ ਲੋਕਾਂ ਦੇ ਵਿੱਚ ਬੜੀ ਹੋਵੇ ਕਿ ਇੱਕ ਅੱਜ ਹੀ ਆਵਾਜ਼ ਉੱਠੀ ਤਾਂ ਅੱਜ ਹੀ ਸੁਣ ਲਈ ਜਾਵੇ ਉਹ। ਉਹਨਾਂ ਨੇ ਕਿਹਾ, ਜੈਨ ਸਾਹਿਬ ਨੇ, ਕਿ ਪਲਾਸਟਿਕ ਦੀ ਇੰਡਸਟਰੀ ਦਾ ਕੱਲ੍ਹ ਨੂੰ ਹੀ ਅਸੀਂ ਮੀਟਿੰਗ ਬੁਲਾ ਕੇ ਜਿਹੜਾ ਰੂਲ ਦੇ ਵਿੱਚ ਚੇਂਜ ਕਰਨਾ ਹੋਇਆ ਕਰ ਦਾਂਗੇ। ਤੁਸੀਂ ਦੇਖੋ, ਤੁਸੀਂ ਕਿਹੜਾ ਕੋਈ ਚੋਰੀ ਕਰਨ ਵਾਸਤੇ ਮੰਗ ਰਹੇ ਹੋ ਇਹ ਗੱਲ ਕਿ ਆਹ ਕਰ ਦਿਓ ਜੀ, ਉਹਦੇ ਨਾਲ ਫਿਰ ਮੈਨੂੰ ਚੋਰੀ ਦੀ ਇਨਕਮ ਇੰਨੀ ਵਧੂ। ਤੁਹਾਡੀ ਇਨਕਮ ਵਧੂਗੀ ਤਾਂ ਮੇਰਾ ਵੀ ਤਾਂ ਰੈਵਨਿਊ ਵਧੂਗਾ ਨਾ। ਤੁਸੀਂ, ਤੁਹਾਡਾ ਵੱਧ ਪਲਾਸਟਿਕ ਵਿਕੂਗਾ ਤਾਂ ਮੇਰੇ ਕੋਲ ਹੀ ਆਊਗਾ ਨਾ GST, ਜਾਂ ਉਹਦਾ ਜਿਹੜਾ ਉੱਥੇ ਟੈਕਸ ਹੈ ਉਹ ਮੇਰੇ ਖਜ਼ਾਨੇ 'ਚ ਆਊਗਾ, ਤਾਂ ਮੈਂ ਖਜ਼ਾਨੇ 'ਚ ਤੁਹਾਡੇ 'ਤੇ ਵਾਪਸ ਲਾਊਂਗਾ ਕਿਸੇ ਨਾ ਕਿਸੇ ਤਰੀਕੇ ਨਾਲ। ਵੱਧ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ, ਬਿਜਲੀ ਮਾਫ਼ ਹੋਰ ਕਰ ਦਾਂਗੇ। ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ, ਜਿਹੜਾ GVK ਦਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਵਿਖੇ, ਪੰਜਾਬ ਸਰਕਾਰ ਨੇ 1 ਫਰਵਰੀ ਨੂੰ ਪੂਰੇ ਪੇਪਰਾਂ ਸਮੇਤ 1,080 ਕਰੋੜ ਰੁਪਏ 'ਚ ਖਰੀਦ ਲਿਆ। ਕਿਉਂ ਖਰੀਦਿਆ? ਪਹਿਲਾਂ ਤਾਂ ਵੇਚਦੇ ਹੁੰਦੇ ਸੀ ਅਨੀਲੋਂ ਵਾਲਾ ਰੈਸਟ ਹਾਊਸ, ਉਹ ਮੇਰੇ ਖਿਆਲ 'ਚ ਅਮਲਤਾਸ ਦਾ ਵੀ ਕਰਤਾ ਕੰਮ, ਇੱਧਰ ਅਮਲਤਾਸ ਹੈ ਨਾ, ਆਪਦੇ ਦੋਸਤਾਂ ਨੂੰ ਵੇਚ ਦਿੰਦੇ ਨੇ, ਉਹ ਬਾਅਦ 'ਚ ਉੱਥੇ 5-star ਹੋਟਲ ਬਣਾ ਲੈਂਦੇ ਨੇ। ਇਹ ਦਿਖਾ ਦਿੰਦੇ ਨੇ ਸਾਡਾ ਘਾਟੇ 'ਚ ਹੈ, ਅਸੀਂ ਉਲਟਾ ਕੀਤਾ, ਅਸੀਂ ਘਾਟੇ ਚੱਲ ਰਿਹਾ ਇੱਕ ਪ੍ਰਾਈਵੇਟ, ਆਪ ਖਰੀਦਿਆ ਸਭ ਤੋਂ ਸਸਤਾ ਸੌਦਾ ਦੁਨੀਆ ਦਾ, ਦੁਨੀਆ ਦਾ। ਮੈਂ ਦੱਸਦਾ ਕਿਵੇਂ, ਰਨਿੰਗ ਕੰਡੀਸ਼ਨ 'ਚ ਹੈ। CM ਸਾਹਿਬ ਗਏ ਸੀ ਉੱਥੇ ਗੋਇੰਦਵਾਲ ਸਾਹਿਬ, ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦਾ ਨਾਮ ਰੱਖਿਆ। ਸ਼੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਜਿਹੜੇ, ਆਪਣੇ ਸਾਰੀ ਜ਼ਿੰਦਗੀ ਉਹਨਾਂ ਦੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬੀਤੀ, ਸਤੀ ਪ੍ਰਥਾ ਖਤਮ ਕੀਤੀ, ਲੰਗਰ ਪ੍ਰਥਾ ਸ਼ੁਰੂ ਕੀਤੀ, ਉੱਥੋਂ ਉਹਨਾਂ ਦੇ ਨਾਂ 'ਤੇ ਰੱਖਿਆ। ਸਾਡੇ ਕੋਲ ਕੋਲੇ ਦੀ ਖਾਨ ਹੈ ਪੰਜਾਬ ਕੋਲ, 2015 ਤੋਂ ਬੰਦ ਪਈ ਸੀ, ਝਾਰਖੰਡ 'ਚ ਹੈ, ਪਛਵਾੜਾ ਨਾਮ ਹੈ ਉਸ ਏਰੀਏ ਦਾ, ਬੰਦ ਪਈ ਸੀ। ਮੈਂ ਬਲਦੇਵ ਸਿੰਘ ਸਰਾਂ ਜੀ ਨੂੰ ਕਿਹਾ ਕਿ ਆਪਾਂ ਕੋਲੇ ਦੀ ਖਾਨ ਬੰਦ ਕਿਉਂ ਪਈ ਹੈ? ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਨੇ, ਉਹ ਕਹਿੰਦੀਆਂ ਜੀ ਇੱਥੋਂ ਕੋਲਾ ਕੱਢਣ ਲੱਗ ਗਏ, ਆਪਾਂ ਨੂੰ ਪ੍ਰਾਈਵੇਟ ਵਾਲਿਆਂ ਤੋਂ ਮਾਲ ਪੱਤਾ ਨਹੀਂ ਮਿਲਣਾ। ਯਾਰ ਆਪਾਂ ਚਲਾਈਏ, ਕਹਿੰਦੇ ਜੀ ਜੇ ਤੁਸੀਂ ਕਹਿੰਦੇ ਚਲਾ ਦਾਂਗੇ। ਮੈਂ ਮਾਈਕ ਹੋਊਗਾ ਤੁਹਾਡੇ ਕੋਲ, ਮੈਨੂੰ ਦੱਸੋ ਜੀ ਬਲਦੇਵ ਸਿੰਘ ਸਰਾਂ ਸਾਹਿਬ ਬਿਜਲੀ ਬੋਰਡ ਦੇ ਹੈੱਡ ਨੇ, ਅਤੇ ਕਿਵੇਂ ਫਿਰ ਕੋਲੇ ਦੀ ਖਾਨ ਚਲਾਈ ਆਪਾਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਿਲਕੁਲ, ਇਹ ਜਿਹੜੀ ਖਾਨ ਚਲਾਉਣੀ ਸੀ ਇਹਦੇ 'ਚ ਕਾਫੀ ਮਤਲਬ ਡਿੱਚਣਾ ਸੀਗੀਆਂ, ਔਰ ਖਾਸ ਕਰਕੇ ਇੱਥੋਂ ਤੱਕ ਜਿਹੜੀ ਝਾਰਖੰਡ ਦੀ ਸਰਕਾਰ ਹੈ ਉਹਦੇ ਨਾਲ ਵੀ ਕਾਫੀ ਮਸਲੇ ਸੀਗੇ। CM ਸਾਹਿਬ ਨੂੰ ਅਸੀਂ ਕਿਹਾ ਕਿ ਅਸੀਂ ਬਿਲਕੁਲ ਅੱਗੇ ਲੱਗ ਕੇ ਉਹ ਕੰਮ ਕਰਦੇ ਹਾਂ ਜੀ, ਪਰ ਸਾਨੂੰ ਜਿੱਥੇ ਜਿੱਥੇ ਟਿੱਕਾ ਹੋਊਗਾ ਉੱਥੇ ਤੁਹਾਡੀ ਜ਼ਰੂਰਤ ਪਏਗੀ। ਤਾਂ CM ਸਾਹਿਬ ਨੇ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਜੀ ਨਾਲ ਅਤੇ ਤੇਜਵੀਰ ਜੀ ਹੋਰਾਂ ਨੇ ਔਰ ਸਾਰਿਆਂ ਨੇ ਅਸੀਂ ਲੱਗ ਕੇ ਜਿਹੜੇ ਉੱਥੋਂ ਦੇ ਹੇਠਲੇ ਅਫਸਰਸ਼ਾਹੀ ਸੀ ਔਰ ਜੋ ਮਿਨਿਸਟਰੀ ਆਫ ਕੋਲ ਸੀ ਉਹਨਾਂ ਨਾਲ, ਔਰ ਨਾਲ ਹੀ ਜਿਹੜੇ ਉੱਥੋਂ ਦੇ ਬਹੁਤ ਵੱਡੇ ਮਸਲੇ ਸੀ, ਪੁਰਾਣੀ ਜਿਹੜੀ ਜੋ ਵੀ ਉੱਥੇ ਵਰਕਰ ਸੀਗੇ ਉਹਨਾਂ ਦੇ ਬਹੁਤ ਵੱਡੇ ਮਸਲੇ ਸੀ,
ਸਾਰੇ ਉਹ ਅਸੀਂ ਮਸਲੇ ਹੱਲ ਕਰਕੇ ਉੱਥੋਂ ਜਿਹੜੀ ਖਾਣ ਜਿਹੜੀ ਹੈ ਆਪਣਾ ਸੀਗਾ ਕੋਲਾ 70 ਲੱਖ ਟਨ ਕੋਲਾ ਉੱਥੋਂ ਸਾਨੂੰ ਆਏਗਾ ਜੀ। ਹੁਣ ਤੱਕ ਵੈਸੇ ਸਰ 1005 ਜਿਹੜੇ ਰੇਲਵੇ ਦੇ ਰੇਕ ਹੈ ਗੱਡੀਆਂ ਇੱਥੋਂ ਤੱਕ ਆਪਣੇ ਪਹੁੰਚ ਚੁੱਕੀਆਂ ਨੇ, 42 ਲੱਖ ਟਨ ਕੋਲਾ ਆਪਣੇ ਕੋਲ ਪਹੁੰਚ ਚੁੱਕਿਆ। 70 ਲੱਖ ਟਨ ਪਰ ਈਅਰ। ਹੁਣ ਉਹ ਚ ਦਿੱਕਤ ਕੀ ਸੀ, ਕੋਲਾ ਜ਼ਿਆਦਾ ਹੋ ਗਿਆ ਔਰ ਕੋਲੇ ਨੂੰ ਸਿਰਫ ਸਰਕਾਰੀ ਥਰਮਲ ਪਲਾਂਟ ਚ ਹੀ ਯੂਜ ਕਰ ਸਕਦੇ ਹਾਂ, ਕੋਲ ਇੰਡੀਆ ਦਾ ਰੂਲ ਹੈ। 1 ਲੱਖ ਟਨ ਦੇ ਨਾਲ ਸਰ 11 ਕਰੋੜ ਦਾ ਜਿਹੜਾ ਹੈ ਫਾਇਦਾ ਹੋਣਾ, ਮਤਲਬ 1 ਲੱਖ ਟਨ ਕੋਲਾ ਉੱਥੋਂ ਕੱਢਣ ਨਾਲ ਜਿਹੜਾ ਕੋਲਾ ਆਪਾਂ ਦੂਜੇ ਪਾਸੇ ਲੈ ਖਰੀਦਦੇ ਸੀ ਜਿਹੜਾ, ਹਾਂਜੀ 11 ਕਰੋੜ ਦਾ ਫਾਇਦਾ ਹੋਣਾ ਲਗਭਗ, ਮਤਲਬ 700-800 ਕਰੋੜ ਰੁਪਏ ਦਾ ਸਾਲਾਨਾ ਉੱਥੋਂ ਜਿਹੜਾ 700-800 ਕਰੋੜ। ਥੈਂਕ ਯੂ। ਔਰ ਨਾਲ ਫਿਰ ਸਾਨੂੰ ਰੁਕਣਾ ਪੈਂਦਾ ਸੀ, ਥਰਮਲ ਪਲਾਂਟ 2 ਸੀ, 3 ਪ੍ਰਾਈਵੇਟ ਸੀ, ਪ੍ਰਾਈਵੇਟ ਨੂੰ ਕੋਲਾ ਦੇ ਨਹੀਂ ਸਕਦੇ ਤਾਂ ਅਸੀਂ ਕੀ ਕਿਹਾ ਕਿ ਕੋਲਾ 10-10 ਦਿਨ ਵਾਸਤੇ ਸਾਨੂੰ ਕਹਿਣਾ ਪੈਂਦਾ ਸੀ ਕੋਲ ਇੰਡੀਆ ਨੂੰ ਕਿ ਸਾਨੂੰ 10 ਦਿਨ ਦੀ ਛੁੱਟੀ ਦਿਓ, ਅਸੀਂ ਕੋਲਾ ਸਾਡੇ ਕੋਲ ਬਹੁਤ ਜ਼ਿਆਦਾ ਆ ਗਿਆ। ਜਦੋਂ ਆਹ ਪਤਾ ਲੱਗਿਆ ਕਿ ਜੀਵੀਕੀ ਵਾਲੇ ਘਾਟੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਕੋਲਾ ਮਹਿੰਗਾ ਮਿਲਦਾ ਪ੍ਰਾਈਵੇਟਾਂ ਨੂੰ, ਤਾਂ ਫਿਰ ਮੈਂ ਸਰਾਂ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਇਹ ਸੌਦਾ ਮਾੜਾ ਨਹੀਂ, ਕੋਲਾ ਆਪਣੇ ਕੋਲ ਹੈਗਾ ਅਤੇ ਜੇ ਆਪਾਂ ਇਹ ਖਰੀਦ ਲਈਏ, ਸਾਨੂੰ ਪਤਾ ਲੱਗਿਆ ਕਿ ਤਾਂ ਵੱਡੇ ਵੱਡੇ ਆ ਜਾਣਗੇ, ਇਹ ਤਾਂ ਜੇ ਬੋਲੀ ਲੱਗ ਗਈ ਸਰਕਾਰ ਉੱਥੇ ਕਿੱਥੇ ਖੜੂਗੀ। ਅਸੀਂ ਕਿਹਾ ਵੀ ਸਰਕਾਰ ਨਾਲ ਤਾਂ ਐਗਰੀਮੈਂਟ ਹੋਇਆ ਹੋਇਆ PPA, ਐਂ ਕਿਵੇਂ ਵੇਚ ਲੈਣਗੇ, ਸਾਡੇ ਨਾਲ ਐਗਰੀਮੈਂਟ ਕਰ ਚੁੱਕੇ ਨੇ, ਇਹਨੂੰ ਵੀ ਹੁਣ ਕਰੀਏ ਫਿਰ ਰੌਲਾ ਪਾਈਏ। ਜਿਵੇਂ ਆਪਣੇ ਪੰਜਾਬ ਨਹੀਂ ਕਰਦੇ, ਪੰਜਾਬ ਆਪਾਂ ਕਹਿੰਦੇ ਹਾਂ ਜਿਹੜਾ ਪਲਾਟ ਜਾਂ ਜਿਹੜਾ ਕੋਈ ਚੀਜ਼ ਵਿਕਣ ਨਹੀਂ ਦੇਣੀ ਉਹਦੇ ਬਾਰੇ ਕਹਿੰਦੇ ਨੇ ਰੌਲੇ ਵਾਲਾ ਭਾਈ, ਅਸੀਂ ਇਹੀ ਕਹਿੰਦਾ ਰੌਲੇ ਵਾਲਾ ਇਹ, ਇੰਨਾ ਲੈ ਲਿਓ ਕਿਤੇ ਕੋਈ ਇੱਥੇ ਪੰਗਾ ਪਊ ਗੌਰਮੈਂਟ ਨਾਲ। ਵਪਾਰੀ ਕਹਿੰਦਾ ਮੈਂ ਕਾਹਦੇ ਵਾਸਤੇ ਪੰਗਾ ਲੈਣਾ, ਬਾਅਦ 'ਚ ਅਸੀਂ ਉਹ ਕਹਿਤਾ ਵੀ ਚੱਲ ਸਾਨੂੰ ਦੇ ਦਿਉ ਫਿਰ। 1080 ਕਰੋੜ 'ਚ ਲਿਆ, ਜੇ ਅੱਜ ਲਾਉਣਾ ਹੋਵੇ ਸੇਮ ਮੈਗਾਵਾਟ ਪ੍ਰੋਡਕਸ਼ਨ ਦਾ 4 ਸਾਲਾਂ ਨੂੰ ਲੱਗੂਗਾ, ਪ੍ਰੋਡਕਸ਼ਨ ਦੇਣ ਲੱਗੂਗਾ, ਅਤੇ ਉਹਦੀ ਕੀਮਤ ਪਊਗੀ 8 ਕਰੋੜ 35 ਲੱਖ ਰੁਪਈਆ ਪਰ ਮੈਗਾਵਾਟ। ਜਿਹੜਾ ਅਸੀਂ ਖਰੀਦਿਆ ਉਹ 2 ਕਰੋੜ ਰੁਪਇਆ ਪਰ ਮੈਗਾਵਾਟ 'ਤੇ, ਦੁਨੀਆ ਦਾ ਸਭ ਤੋਂ ਸਸਤਾ। ਉਹਦੇ ਨਾਲ ਕੀ ਫਾਇਦਾ ਹੋਊਗਾ, ਦੇਖੋ ਘਰੇਲੂ 'ਚ ਤਾਂ ਮੈਂ ਪਹਿਲਾਂ ਬਿਜਲੀ ਫ੍ਰੀ ਦੇ ਰਿਹਾ, 90% ਘਰਾਂ ਨੂੰ ਬਿਜਲੀ ਫ੍ਰੀ ਦੇ ਰਿਹਾ, ਹੁਣ ਵਾਰੀ ਆਊਗੀ ਇੰਡਸਟਰੀ ਜਿੱਥੋਂ ਜਿਹੜਾ ਉੱਥੋਂ ਸਾਨੂੰ ਬਿਜਲੀ ਪੈਦਾ ਹੋਊਗੀ, ਮੈਂ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਤਾਂ ਕਿ ਤੁਹਾਡਾ ਪ੍ਰੋਫਿਟ ਵੀ ਵਧੇ ਅਤੇ ਇਨਵੈਸਟਮੈਂਟ ਵੀ ਆਵੇ। ਇਹ ਬਿਜ਼ਨਸ, ਇਹ ਮੁੱਖ ਮੰਤਰੀਆਂ ਦੇ ਕੰਮ ਇਹ ਹੁੰਦੇ ਨੇ, ਮੁੱਖ ਮੰਤਰੀਆਂ ਦੇ ਕੰਮ ਇਹ ਨਹੀਂ ਹੁੰਦੇ ਇਹਦੇ ਸਰੂਪਾ ਪਾਤਾ ਉਹਦੇ ਪਾਤਾ ਬੋਲੇ ਸੋ ਨੇ ਹਾਂ ਸਾਡਾ ਪਰਿਵਾਰ, ਸਾਡਾ ਪਰਿਵਾਰ ਬਚਾਓ, ਸਾਡਾ ਪੰਜਾਬ ਬਚਾਓ, ਪਤਾ ਨਹੀਂ ਕਿੱਥੋਂ ਬਚਾਓ, ਕਿਤੋਂ ਬਚਾਓ ਯਾਰ, ਤੁਹਾਡੇ ਤੋਂ ਬਚਾ ਕੇ ਹਟਿਆ ਜੀ ਹੁਣ ਸੀ। ਇਹ ਕੋਈ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਵੀ ਜਿਹੜੇ ਜਿਹੜੀ ਫੈਕਟਰੀ 'ਚ ਖੜ ਗਿਆ ਉਹ 'ਚ ਹਿੱਸਾ ਪਾ ਲਿਆ, ਜੇ ਹਵੇਲੀ ਵਾਲਿਆਂ ਨੇ ਮਨਾ ਕਰਤਾ ਉੱਥੋਂ ਦੀ ਓਵਰਬ੍ਰਿਜ ਕੱਢਤਾ, ਆਹ ਕੰਮ ਹੁੰਦਾ ਸਰਕਾਰਾਂ ਦਾ ਕਿਤੇ ਵੀ ਦਿੱਕਤਾਂ ਪੇਸ਼ ਕਰਨੀਆਂ। ਸੋ ਇਹ ਮੈਂ ਕਰਨਾ ਆ ਕਿ ਇੰਡਸਟਰੀ ਨੂੰ ਅਸੀਂ ਬਹੁਤ ਵੱਡੇ ਲੈਵਲ 'ਤੇ ਪ੍ਰਮੋਟ ਕਰ ਰਹੇ ਹਾਂ। ਤੁਹਾਡੇ ਕੋਲ ਆਪ ਸਾਈਕਲ ਵੈਲੀ 'ਚ ਤੁਸੀਂ ਦੇਖਿਆ ਹੋਣਾ, ਟਾਟਾ ਸਟੀਲ ਆ ਰਿਹਾ, ਠੀਕ ਹੈ ਨਾ, ਗ੍ਰਾਸਿਮ ਪੇਂਟਸ ਆ ਰਿਹਾ, ਸਨਾਤਨ ਟੈਕਸਟਾਈਲ ਆ ਰਿਹਾ ਫਤਿਹਗੜ੍ਹ ਸਾਹਿਬ ਦੇ ਨੇੜੇ, ਕਿਸਾਨ ਕੈਚਅਪ ਹਿੰਦੁਸਤਾਨ ਲੀਵਰ ਆ ਰਿਹਾ, ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ, ਨਾਲ ਅਸੀਂ MSME ਉਹਨੂੰ ਵੀ ਬਚਾ ਰਹੇ ਹਾਂ, ਉਹਨੂੰ ਵੀ ਅਸੀਂ ਰੱਖਣਾ। ਦੇਖੋ ਜਿਹੜਾ ਘਰੇ ਹੈ ਪਹਿਲਾਂ ਉਹਨੂੰ ਤਾਂ ਤਕੜਾ ਕਰੀਏ ਨਾ, ਜਿਹੜੇ ਘਰੇ ਨੇ ਉਹ ਤਕੜਾ ਕਰੀਏ, ਇਹ ਜਾ ਕੇ ਬ੍ਰਾਂਡ ਅੰਬੈਸਡਰ ਬਣਨਗੇ। ਕਿਉਂਕਿ ਜਿਹੜਾ ਜਿਹੜਾ ਟਾਟਾ ਸਟੀਲ ਹੈ ਜਾਂ ਜਿਹੜਾ ਸਨਾਥਨ ਹੈ ਜਾਂ ਜਿਹੜਾ ਕਾਰਗਿਲ ਹੈ ਜਾਂ ਜਿਹੜਾ ਗੋਦਰੇਜ ਹੈ, ਇਹ ਐਵੇਂ ਨਹੀਂ ਪੈਸਾ ਲਾਉਂਦੇ, ਇਹ ਪਹਿਲਾਂ ਲੋਕਲ ਤੋਂ ਪੁੱਛਦੇ ਨੇ ਮਾਹੌਲ ਕਿਵੇਂ ਹੈ, ਲਾਅ ਐਂਡ ਆਰਡਰ ਕਿਵੇਂ ਹੈ, ਕੋਈ ਪ੍ਰੋਬਲਮ ਤਾਂ ਨਹੀਂ। ਫਿਰ ਜੇ ਇਹੀ ਲਾਅ ਐਂਡ ਆਰਡਰ ਨੂੰ ਪ੍ਰਭਾਵਿਤ ਰਹਿਣਗੇ MSME ਵਾਲੇ, ਇਹ ਕਿਉਂ ਕਹਿਣਗੇ ਵੀ ਇੱਥੇ ਨਾ ਹੀ ਅਸੀਂ ਤਾਂ ਆਪ ਲੈ ਕੇ ਜਾਣ ਨੂੰ ਫਿਰਦੇ ਆਪਦੀ ਵਾਲੀ ਫੈਕਟਰੀ, ਇਹਦਾ ਮਤਲਬ ਉਹਨਾਂ ਦਾ ਇੱਥੇ ਆਉਣ ਦਾ ਮਤਲਬ ਸਾਡੇ MSME ਵਾਲਿਆਂ ਨੇ ਵੀ ਹਾਂ ਹਾਮੀ ਭਰੀ ਹੈ ਤੇ ਉਹਨਾਂ ਨੂੰ ਵੀ ਯਕੀਨ ਹੋਇਆ ਕਿ ਪੰਜਾਬ 'ਚ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਕਲੀਅਰ। ਨਹੀਂ ਤਾਂ ਟਾਟਾ ਸਟੀਲ ਆਪਣਾ ਸੈਕਿੰਡ ਬਿਗੈਸਟ ਆਫਟਰ ਜਮਸ਼ੇਦਪੁਰ ਲੁਧਿਆਣੇ 'ਚ ਨਹੀਂ ਲਾਉਂਦਾ ਸੀ ਜੇ ਲਾਅ ਐਂਡ ਆਰਡਰ ਦੀ ਦਿੱਕਤ ਹੁੰਦੀ। ਸੋ ਆਹ BJP ਵਾਲੇ ਵੀ ਆਈ ਨੇ, ਹੁਣ ਜਿੱਤੀ ਜਾਂਦੇ ਨੇ ਬਾਪ ਸੋਨਾ ਭੁੱਲਣਗੇ, ਦੇਖੋ ਲੋਕ ਜਿਹਨਾਂ ਦਾ ਕੀ ਹਾਲ ਕਰਦੇ ਦੇਖਿਓ ਤੁਸੀਂ।
ਇਹਨਾਂ ਨਾਲ ਹੁੰਦੀ ਦੇਖਿਓ ਕੀ ਹੈ, ਮੈਨੂੰ ਪਤਾ ਲੱਗੀ ਜਾਂਦਾ ਸਾਰਾ ਕੁਛ, ਕਿਉਂਕਿ ਮੈਂ ਲੋਕਾਂ 'ਚ ਹੀ ਰਿਹਾ ਪਹਿਲਾਂ, ਮੈਂ ਲੋਕਾਂ ਦੀਆਂ ਅੱਖਾਂ ਪੜ੍ਹ ਸਕਦਾ।